फ्रेंड्स ਸਤਿ ਸ਼੍ਰੀ ਅਕਾਲ ਵੈਲਕਮ ਬੈਕ ਟੂ ਚੈਨਲ ਤੇ ਹੁਕਰ ਦੇ ਤੁਸੀਂ ਜਿੱਥੇ ਹੋਗੇ ਵਧੀਆ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਤਾਂ ਅੱਜ ਅਸੀਂ ਹਾਜ਼ਰ ਤੁਹਾਡੇ ਸਾਹਮਣੇ ਤੁਹਾਡੀ ਰਿਕਮੈਂਡ ਕੀਤੀਆਂ ਵੀਡੀਓਸ ਦੇ ਨਾਲ ਪ੍ਰੇਮ ਢਿੱਲੋਂ ਜੀ ਦਾ ਇਹ Song ਆ ਟ੍ਰਿਬਿਊਟ ਆ ਜੀ ਮੂਸੇ ਵਾਲੇ ਨੂੰ ਸਿੱਧੂ ਮੂਸੇ ਵਾਲੇ ਨੂੰ ਤੇ Song ਆ ਤਕਰੀਬਨ 1 ਮਹੀਨਾ ਪਹਿਲਾਂ ਆਇਆ ਸੀਗਾ ਤੇ ਉਦੋਂ ਦੀਆਂ ਜਿਹੜੀਆਂ ਇਹ ਰਿਕਮੈਂਡੇਸ਼ਨ ਆ ਰਹੀਆਂ ਸੀਗੀਆਂ ਥੋੜੇ ਜਿਹਾ ਲੇਟ ਹੋ ਗਏ ਆ ਬਟ Song ਬਹੁਤ ਪਿਆਰਾ ਸੀਗਾ ਇਸ ਕਰਕੇ ਜਿਹੜਾ ਆ ਲੈ ਕੇ ਹਾਜ਼ਰ ਆ ਤੁਹਾਡੇ ਸਾਹਮਣੇ ਤੋ ਕਰਦੇ ਆ ਵੀਡੀਓ ਸਟਾਰਟ ਤੋ ਕਰਦੇ ਆ ਵੀਡੀਓ ਸਟਾਰਟ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਜਿਹਨਾਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਉਂਕਿ ਅਸੀਂ ਲੈ ਕੇ ਆਉਂਦੇ ਤੁਹਾਡੀਆਂ ਰეკਮੈਂਡ ਕੀਤੀਆਂ ਵੀਡੀਓਸ ਇਸ ਦੇ ਨਾਲ ਹੀ ਅਗਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਕਰਦੇ ਆ ਵੀਡੀਓ ਸਟਾਰਟ ਆਰ ਯੂ ਅਫਰੇਡ ਟੂ ਡਾਈ ਔਰ ਡੂ ਯੂ ਵਾਂਟ ਟੂ ਲਿਵ ਫੋਰਐਵਰ ਸਨੈਪੀ ਆਹ ਮੈਨੂੰ ਮਿਲ ਜਿਵੇਂ ਆਖਰੀ ਆ ਦਿਨ ਕੀ ਪਤਾ ਕਿਹੜੇ ਦਿਨ ਹੋ ਜਾ ਕੂਚ ਪੱਲੀ ਐ ਜਿੰਨੇ ਵੱਡੇ ਨੰਬਰ ਆ ਫੌਲਰਾਂ ਦੇ ਮੇਰੇ ਸੂਚੀ ਵੈਰੀਆਂ ਦੀ ਉਦੋਂ ਵੀ ਹਿਊਜ ਬੱਲੀ ਐ ਸ਼ਨੀਵਾਰ ਨੂੰ ਫੱਟੂ ਆ ਕੇ ਆਂਗੂ ਲੱਗੇ ਲਿਖੀ ਥੋੜੀ ਜੱਟ ਦੀ ਨੀ ਰਾਤੀ ਸੁਪਨੇ ਚ ਵੱਜੀ ਦਿਸੀ ਗੋਲੀ ਯਾਰ ਨੂੰ ਫੱਟੂ ਆ ਕੇ ਆਂਗੂ ਲੱਗੇ ਲਿਖੀ ਥੋੜੀ ਜੱਟ ਦੀ ਨੀ ਰਾਤੀ ਸੁਪਨੇ ਚ ਵੱਜੀ ਦਿਸੀ ਗੋਲੀ ਯਾਰ ਨੂੰ ਆ ਜਿੱਦਣ ਮੈਂ ਗਿਆ ਵੇਖੀ ਸਮਾਂ ਜਾਂਦਾ ਖੜ ਤੇਰੀ ਇੰਸਟਾ ਦੀ ਫੀਡ ਵਿੱਚ ਮੈਂ ਹੀ ਦਸੂੰਗਾ Song ਬਹੁਤ ਵਧੀਆ ਸੀਗਾ ਹਨਾ ਤੇ ਬਾਕੀ ਉਹ ਰਿਐਲਿਟੀ ਸਾਰੀ ਦੱਸੀ ਕਿ ਕਿਵੇਂ ਕਿਵੇਂ ਹੋ ਚੁੱਕਾ ਸੀਗਾ ਹਨਾ ਉਹ ਤੱਕ ਜਦੋਂ Song ਆਇਆ ਇਹ ਤੇ ਇੱਕ ਇਹੋ ਜਿਹੀ ਘਟਨਾ ਜਿਹੜੀ ਆਪਾਂ ਕਦੇ ਨਹੀਂ ਜ਼ਿੰਦਗੀ ਵਿੱਚ ਭੁੱਲ ਸਕਦੇ ਬਹੁਤ ਹੀ ਜ਼ਿਆਦਾ ਮਤਲਬ ਦੁੱਖ ਦੇਣ ਵਾਲੀ ਤੇ ਅਜੇ ਤੱਕ ਮਤਲਬ ਫੀਲ ਇਵੇਂ ਹੁੰਦਾ ਕਿ ਹਾਏ ਨਹੀਂ ਕਾਸ਼ ਉਹ ਇਵੇਂ ਨਾ ਹੋਇਆ ਹੋਵੇ ਕੁਝ ਵੀ ਮਤਲਬ ਝੂਠੀ ਹੋਵੇ ਕੋਈ ਸਪਨਾ ਹੀ ਹੋਵੇ ਮਤਲਬ ਮੈਂ ਵੀਡੀਓ ਵੇਖਦੀ ਨਹੀਂ ਇਹਨਾਂ ਨੂੰ ਕਹਿੰਦੇ ਨਹੀਂ ਇਹਨੂੰ ਨਹੀਂ ਜਾਣਾ ਚਾਹੀਦਾ ਜੇ ਨਹੀਂ ਇਵੇਂ ਹੋਣਾ ਚਾਹੀਦਾ ਬੜਾ ਮਤਲਬ ਅਜੇ ਵੀ ਉਹ ਚੀਜ਼ਾਂ ਜਿਹੜੀਆਂ ਤੇ ਬਹੁਤ ਦੁਖੀ ਕਰਦੀਆਂ ਸੋਚ ਕੇ ਤੇ ਸੋ ਜਿਵੇਂ ਨਾ ਮੈਂ ਇੱਕ ਵੀਡੀਓ ਦੇਖੀ ਉਹਦੇ ਵਿੱਚ ਜਿਵੇਂ ਕਿਸੇ ਨੇ ਦੱਸਿਆ ਕਿ 10 ਦਿਨ ਪਹਿਲਾਂ ਜਦੋਂ ਸਿੱਧੂ ਦੇ ਕੋਲ ਕੋਈ ਮਿਲਣ ਗਿਆ ਤੇ ਉਹਨਾਂ ਨੇ ਕਿਹਾ ਕਿ ਟਾਲੀ ਵਗੈਰਾ ਉੱਥੇ ਹੋਏਗੀ ਜਿੱਥੇ ਉਹ ਸੀ ਵਾ ਹਨਾ ਕਹਿੰਦੇ ਇੱਥੇ ਯਾਰ ਦਾ ਸੀਵਾ ਬਲਕਿ ਕੋਈ Song ਉਹਨਾਂ ਨੇ ਸੁਣਾਇਆ ਕਿ ਇਹ ਨਾਲ ਉਹਨਾਂ ਨੇ ਕਿਹਾ ਕਿ ਜਿਵੇਂ ਲੈ ਕੇ ਜਾਂਦੇ ਆ ਉਹ ਨਾਟ ਗਿਆਰਾਂ ਤੇ ਲੈ ਕੇ ਜਾਣਗੇ ਉਹ ਮਤਲਬ ਇੰਨਾ ਭਾਵਕ ਸੀਗਾ ਉਹ ਲੜਕਾ ਕਹਿੰਦਾ ਹੀ ਕਹਿੰਦਾ ਮਤਲਬ ਮੈਂ ਸੋਚ ਨਹੀਂ ਸਕਦਾ ਕਿ 10 ਦਿਨਾਂ ਬਾਅਦ ਆ ਕੰਮ ਵਾਕਈ ਉਵੇਂ ਹੋ ਜਾਏਗਾ ਤੇ ਜਿਵੇਂ ਉਹਨਾਂ ਦੀ ਲੈ ਕੇ ਚੱਲੇ ਸੀਗੇ ਉਹਨਾਂ ਨੂੰ ਜਦੋਂ ਸੰਸਕਾਰ ਕਰਨ ਵਾਸਤੇ ਕਿਸੇ ਹੋਰ ਜਗ੍ਹਾ ਲੈ ਕੇ ਚੱਲੇ ਸੀ ਬਟ ਐਟ ਅ ਟਾਈਮ ਉਹ ਚੇਂਜ ਕਰਕੇ ਫਿਰ ਉੱਥੇ ਉਸ ਭੀੜ ਜ਼ਿਆਦਾ ਸੀਗੀ ਲੋਕ ਬਹੁਤ ਜ਼ਿਆਦਾ ਸੀਗੇ ਤੇ ਉਹ ਜਗ੍ਹਾ ਜਿਹੜੀ ਥੋੜੀ ਸੀ ਇਸ ਕਰਕੇ ਉਹਨਾਂ ਨੂੰ ਜਿਹੜਾ ਉੱਥੇ ਜਾਣਾ ਪਿਆ ਮਤਲਬ ਕਿਵੇਂ ਬੋਲ ਕਿਵੇਂ ਸੱਚ ਹੋ ਗਏ ਹਨਾ ਨਿੱਕੀ ਨਿੱਕੀ ਗੱਲ ਜਿਵੇਂ ਪਤਾ ਨਹੀਂ ਕੀ ਚੀਜ਼ ਸੀਗੀ ਕਿਹੜੀ ਆਤਮਾ ਸੀ ਉਹ ਸੀਗੀ ਤੇ ਵਾਕਈ ਬਹੁਤ ਜ਼ਿਆਦਾ ਘਟਾ ਪਿਆ ਸਾਨੂੰ ਔਰ ਇਸੇ ਕਰਕੇ ਅਸੀਂ ਮਤਲਬ ਬਹੁਤ
ਘੱਟ ਜਿਹੜੇ ਸੌਂਗ ਆ ਜਿਹੜੇ ਟ੍ਰਿਬਿਊਟ ਤੇ ਬਹੁਤ ਜ਼ਿਆਦਾ ਹੋਏ ਸੀ ਪਰ ਬਹੁਤ ਚੁਣਿੰਦਾ ਜਿਹੜੇ ਸੌਂਗ ਆ ਉਹਨਾਂ ਦੇ ਉੱਤੇ ਜਿਹੜਾ ਰਿਐਕਸ਼ਨ ਲੈ ਕੇ ਆਏ ਸੀਗੇ ਕਿਉਂਕਿ ਕੀ ਮਤਲਬ ਉਹ ਸੌਂਗ ਜਿਹੜਾ ਆ ਉਹ ਸੁਣਨ ਤੋਂ ਬਾਅਦ ਕੀ ਗੱਲਾਂ ਕਰ ਸਕਦੇ ਆਪਾਂ ਹਨਾ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਨੇ ਲੋਕ ਕਰ ਚੁੱਕੇ ਆ ਬੜੇ ਬੜੇ ਸਿਆਣੇ ਲੋਕ ਆ ਜਿਹੜੇ ਗੱਲ ਕਰਦੇ ਆ ਤੇ ਮੇਰੇ ਖਿਆਲ ਦੇ ਵਿੱਚ ਸਾਡਾ ਕੁਛ ਵੀ ਕਹਿਣਾ ਬਣਦਾ ਨਹੀਂ ਆ ਬਸ ਇਹ ਆ ਕਿ ਸੱਚੇ ਦਿਲੋਂ ਜਿਹੜੀ ਆ ਅਸੀਂ ਸ਼ਰਧਾਂਜਲੀ ਹੀ ਦੇ ਸਕਦੇ ਹਾਂ ਔਰ ਲੋਕਾਂ ਨੂੰ ਇਹ ਚੀਜ਼ ਕਹਿ ਸਕਦੇ ਹਾਂ ਕਿ ਸਿਰਫ ਗਾਣਿਆਂ ਤੱਕ ਹੀ ਸੀਮਿਤ ਨਾ ਰਹੋ ਜੋ ਉਹ ਸੀ ਉਹਨੂੰ ਉਸ ਤਰੀਕੇ ਨਾਲ ਆਪਣੇ ਆਪ ਨੂੰ ਵੀ ਜਿਹੜਾ ਉਹ ਢਾਲਣਾ ਸ਼ੁਰੂ ਕਰੋ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਤੁਹਾਡਾ ਸਟੈਂਡ ਕੀ ਹੋਣਾ ਚਾਹੀਦਾ ਤੁਹਾਡੇ ਹਮੇਸ਼ਾ ਸੱਚ ਦੇ ਉੱਤੇ ਜਿਹੜਾ ਉਹ ਖਲੋਣਾ ਚਾਹੀਦਾ ਔਰ ਸੱਚ ਨੂੰ ਕਹਿਣ ਲੱਗਿਆ ਡਰਨਾ ਨਹੀਂ ਚਾਹੀਦਾ ਸਾਡੀ ਸੱਚੀ ਸ਼ਰਧਾਂਜਲੀ ਤੇ ਇਹੋ ਹੀ ਹੋਊਗੀ ਕਿ ਅਸੀਂ ਵੀ ਜਿਹੜਾ ਆ ਉਹ ਸਹੀ ਦੇ ਨਾਲ ਖੜੀਏ ਔਰ ਆਪਣਾ ਸਟੈਂਡ ਜਿਹੜਾ ਆ ਉਹ ਸਿੱਧੂ ਦੇ ਵਾਂਗੂ ਜਿਹੜਾ ਉਹ ਮਜ਼ਬੂਤ ਰੱਖੀਏ ਕਿੰਨੇ ਕੁ ਲੋਕਾਂ ਨੂੰ ਮਾਰ ਦੇਣਗੇ ਹਨਾ ਕਿੰਨੇ ਕੁ ਲੋਕਾਂ ਨੂੰ ਖਤਮ ਕਰ ਸਕਦੇ ਆ ਸੋ ਇਸ ਕਰਕੇ ਜਿਹੜਾ ਆ ਆਪਣੀ ਜ਼ਿੰਮੇਵਾਰੀ ਵੀ ਅਸੀਂ ਸਮਝੀਏ ਸੋ ਸੌਂਗ ਜਿਹੜਾ ਸੀਗਾ ਉਹ ਤੇ ਆਪਾਂ ਕਹਿ ਹੀ ਸਕਦੇ ਜਿੱਥੇ ਸਿੱਧੂ ਦਾ ਨਾਮ ਜੁੜ ਜੇ ਉਹ ਸਭ ਕੁਝ ਬਹੁਤ ਵਧੀਆ ਹੋ ਜਾਂਦਾ ਇਹੋ ਜੀ ਲਿਖਿਆ ਬਹੁਤ ਸੋਹਣਾ ਹੈ ਹਾਂਜੀ ਹਾਂਜੀ ਸੋ ਇਸੇ ਅੱਜ ਦੀ ਵੀਡੀਓ ਅਗਰ ਤੁਹਾਨੂੰ ਪਸੰਦ ਆਉਂਦੀ ਹੈ ਲਾਈਕ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਤੇ ਨਹੀਂ ਹੋ ਤਾਂ ਚੈਨਲ ਨੂੰ ਕਰਕੇ ਜੇ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ।